ਜੀ ਸਰ, ਜਿਹੜਾ ਸਵੇਰੇ ਐਕਸੀਡੈਂਟ ਹੋਇਆ ਸਾਬਕਾ MLA ਅੰਗਦ ਸੈਣੀ ਦਾ ਕੌਂਸਾ ਦੇ ਲਾਗੇ, ਕੀ ਸਥਿਤੀ ਕੀ ਹੈ ਜੀ ਹੁਣ ਇਸ? ਸਵੇਰੇ 10:15 ਦੇ ਕਰੀਬ ਨਾ ਟਾਊਨਸ਼ਿਪ ਦਾ ਪਿੰਡ ਹੈਗਾ, ਕਾਠਗੜ੍ਹ ਥਾਣੇ ਦੇ ਅੰਦਰ ਪੈਂਦਾ ਹੈ। ਉੱਥੇ ਗਾਂ ਮਰੀ ਸੀ ਸੜਕ ਦੇ ਉੱਤੇ, ਅਤੇ ਐਂਬੂਲੈਂਸ ਆ ਕੇ ਅਤੇ ਇਹਨੂੰ ਟਰੈਕਟਰ ਦੇ ਉੱਤੇ ਲੱਦ ਕੇ ਲੈ ਕੇ ਜਾਣ ਦੀ ਕਰ ਰਹੇ ਸੀਗੇ। ਇੰਨੇ ਵਿੱਚੋਂ ਇੱਕ ਫੋਰਚੂਨਰ ਕਾਰ ਹੈ ਜਿਹੜੀ ਕਿ ਆਪਣੇ XMLA ਸਾਹਿਬ ਦੀ ਹੈ, ਉਹ ਆ ਕੇ ਐਂਬੂਲੈਂਸ ਦੇ ਵਿੱਚ ਲੱਗੀ, ਅਤੇ ਉਦੋਂ ਪਿੱਛੇ ਇੱਕ ਹੋਰ ਇਨੋਵਾ ਆ ਰਹੀ ਸੀ, ਉਹ ਜਿਹੜੀ ਹੈਗੀ ਆ ਉਹ ਫੋਰਚੂਨਰ ਦੇ ਵਿੱਚ ਲੱਗ ਗਈ ਹੈ। ਅਤੇ ਜੋ ਮੌਕੇ ਤੋਂ ਪਤਾ ਲੱਗਿਆ ਹਾਲੇ ਇਹਨਾਂ ਦੇ ਮਾਈਨਰ ਇੰਜਰੀਜ਼ ਨੇ, ਆਪਣੇ XMLA ਸਾਹਿਬ ਉਹਨਾਂ ਦਾ ਡਰਾਈਵਰ ਅਤੇ ਗੰਨਮੈਨ ਦੇ, ਬਾਕੀ ਇਹਨਾਂ ਦੇ ਗੱਡੀਆਂ ਦੇ ਏਅਰਬੈਗ ਖੁੱਲ੍ਹ ਗਏ ਸੀ ਜਿਹਦੇ ਕਰਕੇ ਉਹਨਾਂ ਦਾ ਬਚਾਅ ਹੋ ਗਿਆ। ਹੁਣ ਮੌਕੇ ਤੋਂ ਜਿਹੜਾ ਹੈਗੇ ਨੇ ਵੀ ਇਹ ਆਪਣੇ ਇੰਚਾਰਜ ਜਿਹੜੇ ਹੈਗੇ ਨੇ ਉਹ ਤਫਤੀਸ਼ ਕਰ ਰਹੇ ਨੇ, ਅਤੇ ਹਾਲੇ ਕਿਸੇ ਹੋਸਪਿਟਲ ਨੂੰ ਹਾਲੇ ਮੈਸੇਜ ਨਹੀਂ ਆਇਆ ਵੀ ਕਿਹੜੇ ਹੋਸਪਿਟਲ 'ਚ ਗਏ ਨੇ। ਕਾਰਵਾਈ ਕੀ ਹੋ ਰਹੀ ਹੈ, ਕੁਛ ਹੋ ਰਹੀ ਕਾਰਵਾਈ ਮੌਕੇ ਤੋਂ ਸਾਰੀ ਜਾਂਚ ਤੋਂ ਬਾਅਦ ਦੱਸਾਂਗੇ। ਗਲਤੀ ਕਿਸੇ ਦੀ ਲੱਗ ਰਹੀ ਹੈ ਨਹੀਂ, ਹਾਲੇ ਆਪਾਂ ਜਾਂਚ ਕਰ ਰਹੇ ਨੇ ਜੀ, ਹਾਲੇ ਬਿਆਨ ਵਗੈਰਾ ਲਵਾਂਗੇ ਮੌਕੇ ਦੇ ਗਵਾਹਾਂ ਦੇ, ਫਿਰ ਪਤਾ ਲੱਗੂਗਾ। ਸਰ ਤੁਹਾਡਾ ਨਾਮ ਕਿਆ ਜੀ? ਮੈਨੂੰ ਡਾਕਟਰ ਹਰਜੀਤ ਸਿੰਘ ਹੈ ਜੀ। ਅੱਛਾ, ਤੇ ਆਪਣਾ ਜਿਹੜਾ ਅੱਜ ਹਾਦਸਾ ਹੋਇਆ ਤੁਹਾਡੀ ਐਂਬੂਲੈਂਸ ਦੇ ਨਾਲ ਜੀ, ਸਰ ਇਹ ਕਿੱਦਾਂ ਹੋਇਆ ਜੀ? ਸਰ ਸਾਨੂੰ ਕੋਲ ਆਈ ਸੀ ਜੀ ਇੱਥੋਂ ਕਿਸੇ ਲੋਕਲ ਬੰਦੇ ਦੀ ਜੀ। ਅੱਛਾ ਜੀ। ਵੀ ਕਹਿੰਦੇ ਵੀ ਟੌਂਸੇ ਦੇ ਕੋਲ ਨਾ ਐਕਸੀਡੈਂਟ ਹੋਇਆ ਹੋਇਆ। ਠੀਕ ਹੈ ਜੀ। ਜਦੋਂ ਅਸੀਂ ਆਏ ਹਾਂ ਸਰ, ਅਤੇ ਜਦੋਂ ਪਤਾ ਲੱਗਿਆ, ਮਤਲਬ ਕਹਿੰਦੇ ਵੀ ਐਕਸੀਡੈਂਟ ਹੋਇਆ, ਅਸੀਂ ਇੱਥੇ ਨਾ ਕਿਸੇ ਮੁੰਡੇ ਨੂੰ ਪਕੜਨ ਲੱਗੇ ਤੇ ਕਿ ਭਾਅ ਜੀ ਕਿੱਥੇ ਕੁ ਐਕਸੀਡੈਂਟ ਹੋਇਆ, ਸਾਨੂੰ ਜਿਵੇਂ ਕੋਲ ਆਈ ਨਾ। ਅੱਛਾ। ਹਲੇ ਐਂਬੂਲੈਂਸ ਲੈ ਕੇ ਖੜੀ ਕੀਤੀ ਸੀ। ਅੱਛਾ। ਜਿਵੇਂ ਖੜੀ ਕੀਤੀ ਹੈ ਸਰ, ਪਿੱਛੋਂ ਗੱਡੀ ਆਈ ਫੋਰਚੂਨਰ, ਠੀਕ ਹੈ, ਉਹਦੇ ਫੇਟ ਦੇ ਵਿੱਚ ਆ ਗਈ ਵਿੱਚ। ਕੁਦਰਤੀ ਸਰ ਅਸੀਂ ਬਾਹਰ ਨਿਕਲੇ ਹੋਏ ਸੀਗੇ ਜੀ, ਸਾਡਾ ਡਰਾਈਵਰ ਹੈ ਜਿਹੜਾ ਉਹ ਬੈਠਾ ਹੋਇਆ ਤਾ ਜੀ, ਕਿ ਮੈਂ ਸਭ ਤੋਂ ਬਾਹਰ ਨਿਕਲ ਕੇ ਗੱਲ ਕਰਦਾ ਪਿਆ, ਮੈਂ ਭੱਜ ਕੇ ਸਾਡੇ ਸਰ ਆਪਣੀ ਹੀ ਜਾਣ ਬਚਾਈ ਹੈ ਜੀ। ਫੋਰਚੂਨਰ 'ਚ ਕਿੰਨੇ ਜਣੇ ਸਵਾਰ ਤੇ? ਫੋਰਚੂਨਰ 'ਚ ਦੇ ਵਿੱਚ ਸਰ 3 ਕੁ ਜਣੇ ਸੀ ਸਰ। ਸੱਟਾਂ ਕਿੰਨੀਆਂ ਦੇ ਲੱਗੀਆਂ? ਸੱਟਾਂ ਨਹੀਂ ਸਰ, ਕਿਸ ਵੇ ਸਾਡੀ ਜੀ ਨਹੀਂ ਹੈਗੇ, 1-2 ਜਣੇ ਸਾਡਾ ਜੀ, ਇੱਕ ਤਾਂ ਮੁਲਾਜ਼ਮ ਦੇ ਆ ਜੀ, ਥੋੜ੍ਹੀ ਫੇਸ 'ਤੇ ਆਈ ਆ। ਅੱਛਾ। ਇੱਕ ਮੇਰੇ ਹਿਸਾਬ ਨਾਲ ਦਾਦੇ ਵੀ MLA ਆ ਸਰ, ਅੰਗਦ ਸੈਣੀ। ਅੱਛਾ। ਉਹਨਾਂ ਦੀ ਲੱਤ 'ਤੇ ਦਾਦੇ ਥੋੜ੍ਹੀ ਬਹੁਤੀ ਉਹਨਾਂ ਦੇ ਲੱਗੀ ਹੈ ਜੀ। ਐਕਸੀਡੈਂਟ ਕਿਹੜਾ ਹੋਇਆ ਤਾ ਜਿਹੜਾ ਤੁਹਾਨੂੰ ਸੂਚਨਾ ਮਿਲੀ ਸੀਗੀ? ਸਰ ਇੱਦਾਂ ਨਹੀਂ ਪਤਾ, ਸਾਨੂੰ ਮੰਨ ਲਓ ਕੋਲ ਆਈ ਸੀ 10:30 ਤੋਂ। ਅੱਛਾ। ਫਿਰ ਤੁਸੀਂ ਜਾਏ ਜੀ, ਅਸੀਂ ਤਾਂ ਕਰਕੇ ਇੱਥੇ ਮੈਂ ਕਿਹਾ ਚੱਲ ਲੋਕਲ ਮੁੰਡੇ ਨੂੰ ਪੁੱਛਣਾ ਵੀ ਸਰ ਟੌਂਸੇ ਦੇ ਕੋਲ ਐਕਸੀਡੈਂਟ ਹੋਇਆ, ਬੋਲਦੇ ਤੁਹਾਨੂੰ ਦਾਦੇ ਵਿੱਚ ਚੈਨੇ ਜੀ, ਅਤੇ ਕਹਿੰਦੇ ਪਹੁੰਚਣਾ 75 ਚੈਨੇ ਜੀ, ਬੋਲਿਆ ਤਾਂ ਇੰਨਾ ਚਾਹੀਦਾ ਵਾਲੇ ਨੇ, ਠੀਕ ਹੈ, 10:30 ਜੀ ਦੀ ਕੋਲ ਆਈ ਸੀ, ਜਦੋਂ ਅਸੀਂ 75 ਚੈਨੇ 'ਤੇ ਪਹੁੰਚੇ 75 ਟੌਂਸਾ ਆਏ ਜੀ। ਨਹੀਂ ਤੁਹਾਡੇ ਵਾਲੀ ਐਂਬੂਲੈਂਸ ਇੱਥੇ ਹਾਈਵੇ 'ਤੇ ਖੜਾ ਕੇ ਪੁੱਛ ਰਹੇ ਤੇ? ਹਾਂਜੀ, ਮਤਲਬ ਪੁੱਛਣਾ ਤਾਂ ਨਹੀਂ, ਕਿਸੇ ਲੋਕਲ ਮੁੰਡੇ ਦਾ ਉੱਥੇ ਖੜੇ ਸੀਗੇ ਜੀ। ਅੱਛਾ ਜੀ। ਮੁੰਡਾ ਖੜਾ ਤਾਂ ਅਸੀਂ ਉਹਨੂੰ ਪੁੱਛਣ ਗਏ ਸਰ ਇੱਥੇ ਕੋਈ ਐਕਸੀਡੈਂਟ ਹੋਇਆ ਲਾਗੇ ਛਾਗੇ, ਫਿਰ ਸਾਨੂੰ ਕੋਲ ਆਈ ਆ, ਉਹਨੇ ਮਤਲਬ ਜਦ ਅਲੀ ਗੱਲ ਕਰਦੇ ਪਏ ਸੀ, ਉਹਨੇ ਨੂੰ ਆ ਕੇ ਠੋਕ ਦਿੱਤਾ ਜੀ। ਇਹ ਪਿੱਛੋਂ ਆ ਕੇ ਗੱਡੀ ਵੱਜੀ? ਹਾਂਜੀ ਹਾਂਜੀ। ਠੀਕ ਹੈ। ਦੋਵੇਂ ਗੱਡੀਆਂ ਲੱਗੀਆਂ? ਹਾਂਜੀ, ਇੱਕ ਇਨੋਵਾ ਗੱਡੀ ਜੀ, ਇੱਕ ਫੋਰਚੂਨਰ ਗੱਡੀ। ਜਿਹੜੇ ਇਨੋਵਾ ਵਾਲੇ ਉਹਨਾਂ ਦੇ ਵੀ ਕਿਸੇ ਸੱਟ ਸੁੱਟ? ਸਰ ਕੋਈ ਨਹੀਂ ਪਤਾ ਸਾਨੂੰ, ਕੋਈ ਜਾਣਕਾਰੀ ਨਹੀਂ। ਠੀਕ ਹੈ।